CIA स्टाफ पुलिस जिला अमृतसर देहाती वालों 10 किलो हेरोइन समेत काबू किए कथित दोषी नू थाना लोपोके दे SHO हरपाल सिंह सोही दी अगवाई वाली पुलिस पार्टी वालों मानजोग अदालत विच पेश किया गया, जिथे अदालत वालों उसनू 3 दिन दे पुलिस रिमांड उत्ते भेज दिता गया। इस मौके पत्रकारा नू जानकारी दिंदे SHO हरपाल सिंह सोही ने दसिया की बीते दिन मुखबर की इतलाह ते दविंदर सिंह वासी पिंड मानावाला अते उसके नजदीकी रिश्तेदार गुरलाल सिंह खिलाफ थाना लोपोके विखे मुकदमा दर्ज करन उपरंत दविंदर सिंह दी निशानदेही ते सीनियर पुलिस अफसर अते BSF कर्मचारियों की हाजरी विच भारत पाकिस्तान सरहद दे बिल्कुल नेड़े 10 किलो हेरोइन बरामद की गई सी। 12/3/13 नूं ਇਹ ਥਾਣਾ ਲੋਪੋਕੇ ਦੀ ਪੁਲਿਸ ਪਾਰਟੀ ਦੇ ਨਾਲ ਮੈਂ ਅੱਡਾ ਚਗਾਵਾਂ 'ਚ ਮੌਜੂਦ ਸੀ। ਉੱਥੇ ਸਾਨੂੰ ਸੂਚਨਾ ਪ੍ਰਾਪਤ ਹੋਈ ਕਿ ਇੱਕ ਦਵਿੰਦਰ ਸਿੰਘ ਸਨ ਆਫ ਅਮਰਜੀਤ ਸਿੰਘ ਪਿੰਡ ਮਾਨਾਵਾਲਾ ਥਾਣਾ ਚਾਟੀ ਮੰਜ਼ਿਲਾ ਅੰਮ੍ਰਿਤਸਰ ਅਤੇ ਇੱਕ ਇਹਦੇ ਨਾਲ ਦਾ ਸਾਥੀ ਦਾ ਗੁਰਲਾਲ ਸਿੰਘ ਜੋ ਕਿ ਇਹਦਾ ਸਾਲਾ ਹੀ ਹੈ, ਇਹ ਦੋਨੇ ਜਣੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਆ। ਇਹਨਾਂ ਕੋਲੋਂ ਮਹਿੰਦਰਾ XUV ਇੱਕ ਗੱਡੀ ਉਹਦੇ 'ਚ ਬਾਰਡਰ ਏਰੀਏ 'ਚ ਘੁੰਮ ਰਿਹਾ ਸੀ। ਪਰਚਾ ਦਰਜ ਕਰਕੇ ਅਸੀਂ ਦਵਿੰਦਰ ਸਿੰਘ ਨੂੰ ਸਮੇਤ ਗੱਡੀ ਜਿਹੜੀ ਹੈ ਮਹਿੰਦਰਾ XUV ਕਾਬੂ ਕੀਤਾ। ਇਹਦੀ ਨਿਸ਼ਾਨਦੇਹੀ ਦੇ ਉੱਤੇ ਜਾ ਕੇ DSP ਸਾਹਿਬ ਮਿਸਟਰ ਗੁਰਪ੍ਰਤਾਪ ਸਿੰਘ ਸੋਤਾ DSP ਟਾਰੀ ਦੀ ਹਾਜ਼ਰੀ ਵਿੱਚ ਅਤੇ BSF ਦੇ ਕਰਮਚਾਰੀ ਨੂੰ ਨਾਲ ਲੈ ਕੇ ਅਤੇ ਉਹਨਾਂ ਦੇ ਅਫਸਰਾਂ ਨੂੰ ਨਾਲ ਲੈ ਕੇ ਇੰਡੋ ਪਾਕ ਬਾਰਡਰ 'ਤੇ ਲੱਗੀ ਜਿਹੜੀ ਫੈਂਸਿੰਗ ਆ ਉੱਤੋਂ ਪਾਰ ਜਾ ਕੇ 10 ਕਿਲੋਗ੍ਰਾਮ ਜਿਹੜੀ ਹਾਰੂਨ ਰਿਕਵਰ ਕੀਤੀ ਹੈ। ਇਹਦੇ ਪਾਕਿਸਤਾਨੀ ਵੱਲੋਂ ਦੀ ਨਸ਼ਾ ਤਸਕਰ ਸੀ, ਉਹਨਾਂ ਵੱਲੋਂ ਸਿੱਟੀ ਗਈ ਸੀ ਇਹਨਾਂ 'ਤੇ ਅਤੇ ਇਹਨਾਂ ਨੇ ਗੱਡੀ ਖੇਪ ਅੱਗੇ ਪਹੁੰਚਾਉਣੀ ਸੀ। ਅੱਜ ਇਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਚਾਹ ਸਾਹਿਬ ਨੇ 3 ਦਿਨ ਦਾ ਰਿਮਾਂਡ ਦਿੱਤਾ। ਨੈਕਸਟ ਇਨਵੈਸਟੀਗੇਸ਼ਨ ਕਰਕੇ ਜਿਹੜੇ ਸਾਰੇ ਆ ਇਹਨਾਂ ਦਾ ਜਿਹੜਾ ਪੂਰਾ ਰੈਕਟ ਉਹਨੂੰ ਤੋੜਿਆ ਜਾਊਗਾ।